ਤੇ ਅਗਲੀ ਗੱਲ ਕਰੀਏ ਸਰਕਾਰ ਨਾਲ ਟੱਕਰੀ ਅਗਲੀ ਧਿਰ ਦੀ ਪਟਵਾਰੀਆਂ ਦੀ ਕੰਨਗੋਆਂ ਦੀ ਕਲਮ ਛੋੜ ਹੜਤਾਲ ਤਾਂ ਕਹਿੰਦੇ ਹੋਊਗੀ ਪਰ ਵਾਧੂ ਚਾਰਜ ਵਾਲੀਆਂ ਥਾਵਾਂ ਤੇ ਹੋਊਗੀ। ਜੀ ਪੰਜਾਬ ਸਰਕਾਰ ਨੇ ਕੱਲ ਪਟਵਾਰੀਆਂ ਕਾਨੂੰਗੋਆਂ ਔਰ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਦੇ ਹਵਾਲੇ ਨਾਲ ਜਿਹੜੀਆਂ ਉਹਨਾਂ ਨੇ ਹੜਤਾਲ ਦੀਆਂ ਧਮਕੀਆਂ ਦਿੱਤੀਆਂ ਸੀ, ਕਲਮ ਛੋੜ ਹੜਤਾਲ ਦੀਆਂ ਧਮਕੀਆਂ ਦਿੱਤੀਆਂ ਸੀ, ਉਹਦੇ ਵਾਲੇ ਨਾਲ ਐਸਮਾ ਲਾਤਾ ਸੀ ਤੇ ਐਸਮਾ ਲਾਉਣ ਤੋਂ ਬਾਅਦ ਮਤਲਬ ਆਪਾਂ ਕੱਲ ਵੀ ਗੱਲ ਕਰਕੇ ਐਸਮਾ ਲਾਉਣ ਦਾ ਮਤਲਬ ਹੈ ਕਿ ਜੇਕਰ ਹੁਣ ਅਧਿਕਾਰੀ ਕੋਈ ਮੁਲਾਜ਼ਮ ਜਿਹਨਾਂ ਦੇ ਉੱਤੇ ਐਸਮਾ ਲੱਗਿਆ ਜੇਕਰ ਉਹ ਹੜਤਾਲ ਤੇ ਜਾਂਦੇ ਨੇ ਤਾਂ ਸਰਕਾਰ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਦੇ ਆ, ਉਹਨਾਂ ਨੂੰ ਸਸਪੈਂਡ ਕਰ ਸਕਦੀ ਆ, ਮੁਅੱਤਲ ਕਰ ਸਕਦੀ ਆ, ਹੈ ਨਾ, ਉਹਨਾਂ ਨੂੰ ਬਰਖਾਸਤ ਤੱਕ ਜਾ ਵੀ ਕਰ ਸਕਦੀ ਆ, ਉਹਨਾਂ ਨੂੰ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਆ, ਉਹਨਾਂ ਦੇ ਸਾਰੇ ਪੱਤਿਆਂ ਫੰਡਾਂ ਤੇ ਰੋਕ ਲੱਗ ਸਕਦੀ ਆ, ਹੈ ਨਾ, ਤੇ ਇਸ ਲਈ ਇਹ ਸਾਰਾ ਵਰਤਾਰਾ 6 ਮਹੀਨੇ ਤੱਕ ਐਸਮਾ ਲੱਗਿਆ ਰਹਿ ਸਕਦਾ। ਇਸ ਲਈ ਇਹ ਤੋਂ ਬਾਅਦ ਮੁਲਾਜ਼ਮਾਂ ਨੂੰ ਵੀ ਪਤਾ ਸੀਗਾ ਕਿ ਇਸ ਦੇ ਵਿੱਚ ਅਸੀਂ ਉਲਝ ਜਾਵਾਂਗੇ ਤੇ ਪਟਵਾਰੀ ਨਰਮ ਵੀ ਪਏ ਨੇ ਔਰ ਆੜੇ ਵੀ ਹੋਏ ਨੇ। ਪ੍ਰਵੀਨ ਜੀ ਪੰਜਾਬ ਦਾ ਜਾਂ ਬਹੁ ਗਿਣਤੀ ਉਹ ਲੋਕ ਜਿਹਨਾਂ ਦਾ ਬਾਹ ਵਾਸਤਾ ਪਟਵਾਰੀ ਕਰਨ ਵਾਲਾ ਸਿੱਧਾ ਪੈਂਦਾ, ਉਹ ਇਹਨਾਂ ਤੋਂ ਔਖੇ ਬਹੁਤ ਹੁੰਦੇ, ਠੀਕ ਹੈ, ਇਹ ਚ ਕੋਈ ਦੋ ਰਾਏ ਨੀ ਹੈ ਜੀ। ਉਹ ਇਹਨਾਂ ਦੇ ਤੌਰ ਤਰੀਕੇ ਤੋਂ, ਇਹਨਾਂ ਦੀ ਆਬੋ ਹਵਾ ਤੋਂ, ਮੈਂ ਨੀ ਕਹਿੰਦਾ ਸਾਰੇ ਪਟਵਾਰੀ ਇੱਕੋ ਸਾਰ ਦੇ ਹੁੰਦੇ ਨੇ, ਹਾਂਜੀ, ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ, ਹੈ ਨਾ, ਸੋ ਇਸ ਲਈ ਉਹ ਇਹ ਤਾਂ ਨਹੀਂ ਹੈਗਾ, ਪਰ ਜ਼ਿਆਦਾਤਰ ਇਹਨਾਂ ਤੋਂ ਔਖੇ ਰਹਿੰਦੇ ਨੇ, ਤੰਗ ਪਰੇਸ਼ਾਨ ਰਹਿੰਦੇ ਨੇ। ਸੋ ਇਸ ਲਈ ਕਈ ਲੋਕਾਂ ਨੇ ਮਹਿਸੂਸ ਕੀਤਾ ਕਿ ਪੰਜਾਬ ਸਰਕਾਰ ਨੇ ਜੇ ਬਈ ਸਖ਼ਤ ਫੈਸਲਾ ਲਿਆ ਤਾਂ ਅੜੇ ਰਹਿਣਾ ਚਾਹੀਦਾ, ਪਰ ਇੱਧਰ ਪਟਵਾਰੀਆਂ ਨੇ ਇੱਕ ਨਵਾਂ ਫਾਰਮੂਲਾ ਕੱਢ ਲਿਆ ਜੀ। ਪਟਵਾਰੀ ਕਹਿੰਦੇ ਜੀ ਅਸੀਂ ਕਲਮ ਛੋੜ ਹੜਤਾਲ ਤਾਂ ਕਰਾਂਗੇ ਜੀ, ਪਰ ਕਰਾਂਗੇ ਉੱਥੇ ਉੱਥੇ ਜਿੱਥੇ ਸਾਨੂੰ ਵਾਧੂ ਚਾਰਜ ਦਿੱਤਾ, ਠੀਕ ਹੈ। ਅਸਲ ਚ ਪਟਵਾਰੀ ਕਹਿੰਦੇ ਕਿ ਕੰਮ ਤਾਂ ਸਾਤੋਂ ਲਈ ਜਾਂਦੀ ਆ ਸਰਕਾਰ, ਸਾਨੂੰ ਸੌਣ ਨੀ ਦਿੰਦੀ, ਸਾਨੂੰ ਟਿਕਣ ਨੀ ਦਿੰਦੀ, ਇੱਕ ਇੱਕ ਪਟਵਾਰੀ ਕੋਲ 4-4 ਪਟਵਾਰ ਖਾਨਿਆਂ ਦਾ ਹਿਸਾਬ ਕਿਤਾਬ ਆ ਜੀ। ਪੰਜਾਬ ਦੇ ਵਿੱਚ ਇਸ ਮੌਕੇ ਜੇਕਰ ਤੁਸੀਂ ਹਵਾਲੇ ਨਾਲ ਦੇਖੋ ਤਾਂ 4,716 ਮਤਲਬ ਪਟਵਾਰ ਸਰਕਲ ਨੇ, 4,716 ਪਟਵਾਰ ਸਰਕਲਾਂ ਦੇ ਵਿੱਚ 1523 ਪਟਵਾਰੀ ਕੰਮ ਕਰਦੇ ਆ ਜੀ, ਠੀਕ ਹੈ। 3,193 3200 ਪਟਵਾਰੀਆਂ ਦੀ ਲੋੜ ਹੈ ਤੁਰੰਤ, ਤੇ 1523 ਪਟਵਾਰੀ ਕਹਿੰਦੇ ਜੀ ਹੁਣ ਅਸੀਂ ਆਪਣੇ ਹੀ ਸਰਕਲ ਚ ਕੰਮ ਕਰਾਂਗੇ, ਅਸੀਂ ਉੱਥੇ ਤਾਂ ਨੀ ਕਲਮ ਛੱਡਦੇ, ਠੀਕ ਹੈ। ਪਰ ਜਿਹੜੇ ਬਾਕੀ 3193 ਥਾਵਾਂ ਨੇ, ਉਹਨਾਂ ਥਾਵਾਂ ਤੇ ਹੁਣ ਲੋਕ ਖੱਜਲ ਖਵਾਰ ਨਹੀਂ ਹੋਣਗੇ, ਬਿਲਕੁਲ ਹੋਣਗੇ, ਇਹ ਆਪਣੇ ਆਪ ਸਵਾਲ ਖੜਾ ਹੋ ਗਿਆ। ਉੱਥੇ ਲਈ ਕਹਿੰਦੇ ਹੜਤਾਲ ਆ ਸਾਡੀ, ਉੱਥੋਂ ਦਾ ਵਾਲੀ ਵਰਸ ਕੌਣ ਆ ਕਿ ਅਸੀਂ ਵਾਧੂ ਚਾਰਜ ਵਾਲੀ ਥਾਂ ਦੇ ਉੱਤੇ ਵਾਧੂ ਸਰਕਲ ਜਿਹੜੇ ਸਾਨੂੰ ਦਿੱਤੇ ਗਏ ਨੇ ਉਹਨਾਂ ਥਾਵਾਂ ਤੇ ਜਾ ਕੇ ਅਸੀਂ ਹੁਣ ਕੰਮ ਨਹੀਂ ਕਰਾਂਗੇ, ਆਪਣੀ ਜਿੱਥੇ ਸਾਡੀ ਪੋਸਟਿੰਗ ਆ, ਜਿਹੜੀ ਸਾਡੀ ਸੀਟ ਅਸੀਂ ਉੱਥੇ ਹੀ ਕੰਮ ਕਰਾਂਗੇ। ਜੇ ਸਾਨੂੰ ਵਾਧੂ ਚਾਰਜ ਦੀ ਥਾਂ ਤੇ ਕੰਮ ਕਰਨ ਲਈ ਧਮਕਾਇਆ ਗਿਆ, ਜ਼ਬਰਦਸਤੀ ਹੁਕਮ ਜਾਰੀ ਕੀਤੇ ਗਏ ਜਾਂ ਸਾਡੇ ਤਬਾਦਲੇ ਕੀਤੇ ਗਏ, ਹੈ ਨਾ, ਤਾਂ ਅਸੀਂ ਹਾਈਕੋਰਟ ਦਾ ਰੁੱਖ ਕਰਾਂਗੇ ਜੀ। ਸੋ ਹੁਣ ਇੱਕ ਨਵਾਂ ਇੱਕ ਬਖੇੜਾ ਖੜਾ ਹੋਣ ਦੀ ਸੰਭਾਵਨਾ ਬਣ ਗਈ ਇੱਕ ਪਾਸੇ, ਕਿਉਂਕਿ ਇਹ ਕਹਿੰਦੇ ਜੀ ਕਿ 1 ਤਰੀਕ ਤੋਂ 1 ਸਤੰਬਰ ਨੂੰ ਇਹਨਾਂ ਦੀ ਹੜਤਾਲ ਸੀ, ਹੈ ਨਾ, ਜਿਹੜੀ ਇਹਨਾਂ ਨੇ ਕਰਨੀ ਸੀਗੀ। ਉਹ ਕਹਿੰਦੇ ਕਿ ਅਸੀਂ ਤਾਂ 1 ਤਰੀਕ ਨੂੰ ਕਰਾਂਗੇ, ਪਰ ਉਹ ਪਟਵਾਰੀ ਕਹਿੰਦੇ ਕਰਾਂਗੇ ਉੱਥੇ, ਕਾਨੂੰ ਕਹਿੰਦੇ ਜਿੱਥੇ ਵਾਧੂ ਸਰਕਲ ਹੈ। ਦੂਏ ਪਾਸੇ ਹੈਗੇ ਜੀ ਡੀਸੀ ਦਫ਼ਤਰ ਦੇ ਮੁਲਾਜ਼ਮ, ਠੀਕ ਹੈ, ਡੀਸੀ ਦਫ਼ਤਰ ਦੇ ਮੁਲਾਜ਼ਮਾਂ ਨੇ 11 ਤੋਂ 13 ਤਰੀਕ ਦੀ ਹੜਤਾਲ ਦੀ ਕਾਲ ਦਿੱਤੀ ਹੋਈ ਹੈ ਜੀ। ਉਹ ਕਹਿੰਦੇ 10 ਸਤੰਬਰ ਤੱਕ ਅਸੀਂ ਕਰਾਂਗੇ ਇੰਤਜ਼ਾਰ, ਮੁੱਖ ਮੰਤਰੀ ਨੇ ਐਸਮਾ ਲਾਉਣਾ, 1 ਵਾਰ ਛੱਡ 2 ਵਾਰ ਲਾਵੇ ਕਹਿੰਦੇ, ਠੀਕ ਹੈ, 10 ਸਤੰਬਰ ਤੱਕ ਸਾਡੀਆਂ ਮੰਗਾਂ ਮੰਨ ਹੁੰਦੀਆਂ ਤਾਂ ਅਸੀਂ ਧੰਨਵਾਦ ਕਰਾਂਗੇ, ਨਾਰੇ ਲਾ ਦੇਵਾਂਗੇ, ਨਹੀਂ ਹੁੰਦੀਆਂ ਤਾਂ 11 ਤਰੀਕ ਤੋਂ ਮੁਰਦਾਬਾਦ ਸ਼ੁਰੂ ਹੋ ਜੂਗੀ ਜੀ, 11 ਤੋਂ 13 ਤਰੀਕ ਤੱਕ ਸਾਡੇ ਧਰਨੇ ਜਾਰੀ ਹੈ, ਚਾਹੇ ਐਸਮਾ 1 ਵਾਰ ਛੱਡੋ 2 ਵਾਰ ਲਓ। ਸੋ ਅਜੇ ਤੱਕ ਡੀਸੀ ਦਫ਼ਤਰ ਦੇ ਮੁਲਾਜ਼ਮ ਧਾੜ ਗਏ ਜੀ। ਪਟਵਾਰੀਆਂ ਨੇ ਇੱਕ ਲੀਕ ਖਿੱਚ ਲਈ, ਇਹ ਕਾਨੂੰਨੀ ਸਲਾਹ ਲਈ ਹੋਣੀ ਉਹਨਾਂ ਨੇ ਵੀ ਜੀ ਜੀ, ਕਿ ਤੁਸੀਂ ਆਪਣੀ ਪੋਸਟਿੰਗ ਨੀ ਛੱਡਣੀ, ਆਪਣੀ ਸੀਟ ਨੀ ਛੱਡਣੀ ਬਸ, ਤੇ ਐਸਮਾ ਵਾਲੇ ਮਾਮਲੇ ਚ ਸੀਟ ਛੱਡਣ ਦੇ ਉੱਤੇ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ ਜੇਕਰ ਤੁਸੀਂ ਸੀਟ ਛੱਡ ਕੇ ਹੜਤਾਲ ਕਰਦੇ ਹੋ। ਤੁਸੀਂ ਕਹੋ ਜੀ ਸਾਨੂੰ ਜਿਹੜਾ ਜਿਹੜੀ ਥਾਂ ਪੋਸਟਿੰਗ ਮਿਲੀ ਅਸੀਂ ਉੱਥੇ ਕੰਮ ਕਰ ਰਹੇ ਹੋ, ਵਾਧੂ ਚਾਰਜ ਸਾਨੂੰ ਦਿੱਤੇ ਵੀ ਉੱਥੇ ਅਸੀਂ ਕੰਮ ਕਰਨ ਦੇ ਸਮਰੱਥ ਨਹੀਂ ਗੇ, ਤੇ ਜਿਹੜੇ ਕੱਚੇ ਪੱਕੇ ਰੱਖ ਰਹੇ ਹੋ ਤੁਸੀਂ ਉਹਨਾਂ ਨਾਲ ਧੋਖਾ ਚੱਲੀ ਜਾਂਦਾ ਪ੍ਰਵੀਨ ਜੀ, ਬਿਲਕੁਲ, ਮਤਲਬ ਨਵੇਂ ਪਟਵਾਰੀਆਂ ਨੂੰ ਤੈਅ ਤਨਖਾਹ ਤੇ ਲਿਆਉਣ ਦੇ ਵਿੱਚ ਕੰਮ ਤਾਂ ਉਹ ਵੀ ਓਨਾ ਹੀ ਕਰਦੇ ਆ, ਉਲਟਾ ਉਹਨਾਂ ਤੋਂ ਵੱਧ ਕੰਮ ਲੈਂਦੇ ਆ ਪੁਰਾਣੇ ਪਟਵਾਰੀ, ਕਈ ਵਾਰ ਉਹਨਾਂ ਤੋਂ ਹੋਰ ਵਾਧੂ ਕੰਮ ਵੀ ਲੈ ਲੈਂਦੇ, ਕਈ ਵਾਰ ਕਿਤੇ ਸਿਖਾ ਨੀ ਰਹੇ, ਤੈਨੂੰ ਕੀ ਪਤਾ ਪਟਵਾਰਪਣਾ ਕਿਵੇਂ ਹੁੰਦਾ, ਹਾਂ ਬਿਲਕੁਲ, ਸੋ ਇਸ ਲਈ ਆ ਵੀ ਮਾੜਾ ਜਿਹਾ ਕੰਮ ਕਰਿਆ, ਮੇਰੀ ਗੱਡੀ ਲੈ ਜਾ, ਮੇਰਾ ਲੈ ਜਾ, ਮੇਰੇ ਘਰੇ ਜਾ, ਹੈ ਨਾ ਜੀ ਜੀ, ਤੇ ਉੱਧਰ ਤਨਖਾਹ ਵੀ 5-5-7-7 ਹਜ਼ਾਰ,
ਸੋ ਇਹ ਸਾਰੇ ਵਰਤਾਰੇ ਦੇ ਵਿੱਚ ਕਾਫੀ ਪਹਿਲੂ ਖੜੇ ਨੇ ਕਿ ਪੰਜਾਬ ਚ ਪਟਵਾਰੀਆਂ ਦੀਆਂ ਪੋਸਟਾਂ 3193 ਖਾਲੀ ਨੇ ਤੇ ਹੁਣ ਉਹਨਾਂ ਥਾਵਾਂ ਦੇ ਉੱਤੇ ਕੰਮ ਨਹੀਂ ਹੋਣਗੇ, ਕਹਿੰਦੇ ਹੜ ਪੀੜਤਾਂ ਵਾਲਾ ਕੰਮ ਕਰਾਂਗੇ ਜੀ ਪਰ ਆਪਣੀ ਸੀਟ ਤੇ ਬੈਠ ਕੇ ਕਰਾਂਗੇ। ਸੋ ਇਸ ਨੇ ਇੱਕ ਪੰਜਾਬ ਸਰਕਾਰ ਲਈ ਇੱਕ ਨਵਾਂ ਪਹਿਲੂ, ਬੇਸ਼ੱਕ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਤਹਿਸੀਲਾਂ ਚ ਸਾਡੀ ਲੁੱਟ ਬੰਦ ਹੋਵੇ, ਕੋਰਟ ਕਚਹਿਰੀਆਂ ਸਾਡੀ ਲੁੱਟ ਬੰਦ ਹੋਵੇ, ਪਟਵਾਰੀ ਕਾਨੂੰਗੋ ਤਹਿਸੀਲਦਾਰ ਜੋ ਵਧੀਕੀਆਂ ਕਰ ਜਾਂਦੇ ਨੇ ਕਈ ਉਹਨਾਂ ਕਾਰਨ ਸਾਰਾ ਇਹ ਵਿਭਾਗ ਬਦਨਾਮ ਹੈ, ਹੈ ਨਾ, ਤੇ ਉਹਨਾਂ ਦੇ ਉੱਤੇ ਕੋਈ ਸਖ਼ਤ ਐਕਸ਼ਨ ਹੋਵੇ। ਤੇ ਇਹ ਲੋਕਾਂ ਨੂੰ ਇਹ ਸੀਗਾ ਕਿ ਸਰਕਾਰ ਨੇ ਬਾਈ ਬੜਾ ਐਲਾਨ ਕਰਤਾ, ਬੜੀ ਚੇਤਾਵਨੀ ਦਿੱਤੀ, ਕੋਈ ਮੁੱਖ ਮੰਤਰੀ ਨੇ ਕਹਿਤਾ ਕਲਮ ਛੱਡੋ ਤਾਂ ਸਹੀ, ਅਸੀਂ ਦੇਖਦੇ ਹਾਂ ਫਿਰ ਉਹ ਕਲਮ ਕਿਹਨੂੰ ਦੇਣੀ ਆ। ਸੋ ਪਰ ਇੱਧਰ ਪਟਵਾਰੀਆਂ ਨੇ ਇੱਕ ਨਵੀਂ ਕਾਨੂੰਨੀ ਰਾਹ ਖਿੱਚਦੀ ਤੇ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਨੇ ਐਲਾਨ ਨਹੀਂ ਕਰਤਾ। ਇਹ ਸਾਰੇ ਦੇ ਵਿਚਾਲੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਤੇ ਉਹਨਾਂ ਦੀ ਸਰਕਾਰ ਦੇ ਨੁਮਾਇੰਦੇ ਇਸ ਮਸਲੇ ਨਾਲ ਕਿਵੇਂ ਨਜਿੱਠਦੇ ਨੇ ਦੇਖਣ ਵਾਲੀ ਗੱਲ ਹੋਊਗੀ, ਇਸਮਾ ਲੱਗਿਆ ਹੋਇਆ। ਜੀ ਜੀ ਜੀ।